ਔਰ ਪਹਿਲਾਂ ਸੁਲਤਾਨਪੁਰ ਲੋਧੀ ਉੱਥੇ ਗਏ ਸੀ, ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਏ ਨੇ। ਉਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਉਹਨਾਂ ਦੀ ਅੱਜ ਇਹ ਜੋ ਬੜੇ ਸ਼ਰਧਾਲੂ ਦੇ ਤੌਰ 'ਤੇ ਦਰਸ਼ਨ ਕਰਨ ਵਾਸਤੇ ਇੱਥੇ ਪਹੁੰਚੇ ਨੇ, ਕਿਉਂਕਿ ਨਤੀਸ਼ ਕੁਮਾਰ ਜੀ ਦਾ ਸਿੱਖ ਕੌਮ ਦੇ ਬਣਾ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਤਾਬਦੀ ਜਿਹੜੀ ਬਿਹਾਰ ਦੇ ਵਿੱਚ ਪਟਨਾ ਸਾਹਿਬ ਵਿਖੇ ਮਨਾਈ ਹੈ, ਔਰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ, ਬੜੀ ਸ਼ਾਨਦਾਰ ਸ਼ਰਧਾ ਸਤਿਕਾਰ ਦੇ ਨਾਲ ਉਹ ਸ਼ਤਾਬਦੀ ਜਿਹੜੀ ਮਨਾਈ ਸੀ। ਉਸ ਕਰਕੇ ਸਾਰੇ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵਧੀਆ ਥਾਂ ਜਿਹੜੀ ਹੈ ਨਤੀਸ਼ ਕੁਮਾਰ ਨੇ ਬਣਾਈ ਹੈ। ਮੈਂ ਦੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਬੜੀ ਸ਼ਰਧਾ ਵੀ ਹੈ। ਅੱਜ ਵੀ ਜਦੋਂ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਿਆ, ਉਸ ਤੋਂ ਬਾਅਦ ਉਹਨੇ ਬੀ ਨਦੀ ਦੇ ਵੀ ਕਹਿੰਦੇ ਸੀ ਦਰਸ਼ਨ ਕਰਨੇ, ਉੱਥੇ ਵੀ ਉਹ ਗਏ ਨੇ। ਸੋ ਅੱਜ ਉਹ ਜਿੱਥੇ ਸਾਰੀ ਕੌਮ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਆਂ 550 ਸਾਲਾ ਪ੍ਰਕਾਸ਼ ਦੀਆਂ ਵਧਾਈਆਂ ਦੇਣ ਵਾਸਤੇ ਵੀ ਇੱਥੇ ਆਏ ਨੇ, ਤੋ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ, ਉਹਨਾਂ ਨੂੰ ਜੀਆਂ ਵੀ ਕਹਿਦਾ, ਔਰ ਵਿਸ਼ੇਸ਼ ਤੌਰ 'ਤੇ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਦਰਸ਼ਨ ਕਰਨ ਵਾਸਤੇ ਉਹ ਪਹੁੰਚੇ ਨੇ। ਤਾਂ ਜੀ, ਸਿੱਖ ਕੌਮ ਦਾ ਸੁਪਨਾ ਜਿਹੜਾ ਪੂਰਾ ਹੋਣ ਜਾ ਰਿਹਾ, ਸਿਰਫ ਇੱਕ ਦਿਨ ਬਚੇ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲ੍ਹਣ ਦੇ। ਸੋ ਬਹੁਤ ਖੁਸ਼ੀ ਦੀ ਗੱਲ ਹੈ। ਦੇਖੋ, ਬੜੇ ਲੰਮੇ ਸਮੇਂ ਤੋਂ ਜੋ 72 ਸਾਲਾਂ ਤੋਂ ਸਾਰੀ ਸਿੱਖ ਕੌਮ ਨਾਨਕ ਨਾਮ ਲੇਵਾ ਅਰਦਾਸਾਂ ਕਰਦੇ ਸੀ, ਮਨ ਦੇ ਵਿੱਚ ਇੱਕ ਭਾਵਨਾ ਸੀ ਹਮੇਸ਼ਾ ਉਹਨਾਂ ਦੇ ਵਿੱਚ ਕਿ ਕਰਤਾਰਪੁਰ ਦੀ ਉਹ ਪਾਵਨ ਧਰਤੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਗੁਜ਼ਾਰਿਆ ਹੈ, ਕਿ ਕਦੋਂ ਉਹ ਲਾਂਘਾ ਖੁੱਲ੍ਹੇ, ਕਦੋਂ ਅਸੀਂ ਖੁੱਲ੍ਹੇ ਤੌਰ 'ਤੇ ਦਰਸ਼ਨ ਦੀਦਾਰ ਕਰ ਸਕੀਏ। ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੋਈ ਹੈ ਕਿ ਹੁਣ ਉਹ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਔਰ 9 ਤਰੀਕ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਕੇ ਉਹਦਾ ਉਦਘਾਟਨ ਕਰਨਗੇ, ਔਰ ਉਹ ਉਦਘਾਟਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਸਾਰੇ ਉੱਥੇ ਸਟੇਜ ਦੇ ਪ੍ਰਬੰਧ ਦਿੱਤੇ ਗਏ ਨੇ। ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਏਗਾ, ਔਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਨੇ ਕੀਰਤਨ ਕਰਨਗੇ, ਫਿਰ ਅਰਦਾਸ ਕੀਤੀ ਜਾਵੇਗੀ, ਉਸ ਤੋਂ ਬਾਅਦ ਹੀ ਉਹ ਲਾਂਘਾ ਜਿਹੜਾ ਖੁੱਲ੍ਹੇਗਾ। ਹਾਂ, ਮੈਂ ਵੀ ਉੱਥੇ ਗੱਲ ਜਾਵਾਂਗਾ, ਸਾਰੇ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਵਾਂਗੇ। हम सब लोग बिहार से आकर मत्था टेकने आए हैं और हम लोगों की बड़ी श्रद्धा है, और जो इनका उपदेश है वो सबको समझने और ध्यान देने की बात है। समाज के हर तबके में प्रेम का भाव हो, एक दूसरे के प्रति सम्मान का भाव हो, ये बहुत बड़ी चीज है। तो हम सब तो मत्था टेकने आए हैं और यही चाहते हैं कि पूरे देश में शांति रहे, सद्भाव रहे, हमारा बिहार भी आगे बढ़े, तो यही सब कामना को लेकर यहाँ पर मत्था टेकने के लिए आए हुए। बहुत धन्यवाद। आपके इरिगेशन मंत्री को